ਅੱਜ ਤੱਕ ਆਪਣੇ ਇਲਾਕੇ ਦੇ ਅਸੀਂ ਕਦੇ MLA ਸਾਹਿਬ ਨੂੰ ਨਹੀਂ ਮਿਲੇ, ਅਸੀਂ ਉਹਨਾਂ ਨੂੰ ਵੀ ਸਟੇਜਾਂ 'ਤੇ ਬਸ ਸਪੀਚ ਦਿੰਦੇ ਦੇਖਿਆ। ਆਹ ਇੱਕ ਪਹਿਲੀ ਵਾਰ ਹੋਇਆ ਆਮ ਲੋਕਾਂ ਨੂੰ ਸਾਡੇ CM ਸਾਹਿਬ ਜਿਨ੍ਹਾਂ ਦੀ ਅੰਡਰ ਇੰਨੀ ਸਿਕਿਉਰਿਟੀ ਦੇ ਜਿਹੜੇ ਅੰਡਰ ਹੁੰਦੇ ਨੇ ਉਹ ਆਮ ਲੋਕਾਂ ਨੂੰ ਇਸ ਤਰ੍ਹਾਂ ਥੋਰਲੀ ਸਾਹਮਣੇ ਆ ਕੇ ਮਿਲ ਰਹੇ ਨੇ ਅਤੇ ਇੰਨੀ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਨੇ। ਕਈ ਜਿਵੇਂ ਧਰਨੇ ਵਾਲੇ ਦੀ ਤੁਸੀਂ ਗੱਲ ਕੀਤੀ ਉਹ ਵੀ ਖੁਸ਼ਕਿਸਮਤ ਸਮਝਦੇ ਹੋਣੇ ਆ ਤੁਹਾਨੂੰ ਕਿ ਤੁਹਾਡੀ ਤੇ ਗੱਲ ਹੋ ਗਈ, ਸਾਨੂੰ ਤੇ ਕਈ ਕਹਿੰਦੇ ਲਾਂਭੇ ਬੜੇ ਦਿੰਦੇ ਆ ਮੀਡੀਆ ਸਾਹਮਣੇ ਆਇਆ ਕਿ ਵੀ ਸਾਨੂੰ ਤੇ ਮੀਟਿੰਗ ਲਈ ਸਮਾਂ ਨਹੀਂ ਮਿਲਦਾ। ਉਹਨਾਂ ਦੀ ਸ਼ਖਸੀਅਤ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ, ਉਹਨਾਂ ਦੀ ਮਤਲਬ ਇੱਕ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ, ਜਿਵੇਂ ਉਹ ਸਾਡੇ ਕੋਲ ਰੁਕੇ ਉਹਨਾਂ ਨੇ ਸਾਨੂੰ ਕਿਹਾ ਕਿ ਜਦੋਂ ਤੱਕ ਤੁਸੀਂ ਮੇਰੀ ਗੱਲ ਤੋਂ ਸੈਟਿਸਫਾਈ ਨਹੀਂ ਹੁੰਦੇ, ਜਦੋਂ ਤੱਕ ਤੁਹਾਨੂੰ ਪੂਰੀ ਸੰਤੁਸ਼ਟੀ ਨਹੀਂ ਮਿਲਦੀ ਉਦੋਂ ਤੱਕ ਮੈਂ ਇੱਥੋਂ ਹਿੱਲਾਂਗਾ ਨਹੀਂ। ਤਾਂ ਪੁੱਛ ਰਹੇ ਹਾਂ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਕਈ ਵਾਰੀ ਨਾ, ਬਾਅਦ 'ਚ ਆਪਾਂ ਵੀਡੀਓ ਵੀ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ, ਬਾਂਹ ਤੋਂ ਫੜ ਕੇ ਪਤਾ ਹੀ ਨਹੀਂ ਲੱਗਦਾ ਬੰਦਾ ਕਿੱਧਰ ਭਜੇ ਦਿੰਦਾ। ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ, ਈਵਨ ਮੁੱਖ ਮੰਤਰੀ ਸਾਹਿਬ ਜੀ ਨੇ ਵੀ ਸਾਨੂੰ ਬੜੇ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ, ਜਿਵੇਂ ਕੋਈ ਆਪਣੇ ਬੱਚਿਆਂ ਨੂੰ ਜਿਵੇਂ ਟ੍ਰੀਟ ਕਰਦਾ। ਉਹਨਾਂ ਨੇ ਕੋਈ ਮਤਲਬ ਉਹਨਾਂ 'ਚ ਕੋਈ ਇਹੋ ਜਿਹੀ ਉਹ ਨਹੀਂ ਸੀ, ਕਹਿੰਦੇ ਆ ਵੀ ਇੱਕ ਬੰਦਾ ਵੱਡੀ ਪੋਸਟ 'ਤੇ ਆ ਕੇ ਥੋੜ੍ਹੀ ਉਹ ਹੋ ਜਾਂਦੀ ਹੈ, ਪਰ ਨਹੀਂ ਉਹ ਆਮ ਲੋਕਾਂ ਵਰਗੇ ਮੈਂ ਸਾਨੂੰ ਲੱਗੇ, ਆਪਣਿਆਂ ਵਰਗੇ ਲੱਗੇ। ਕੁੜੀਆਂ ਨੂੰ ਵੀ ਕਹਾਂਗੀ ਵੀ ਤੁਸੀਂ ਪੜ੍ਹੀਆਂ ਲਿਖੀਆਂ ਤਾਂ ਆਪਣੇ ਲਈ ਲੜੋ, ਆਪਣੇ ਹੱਕ ਲਈ ਲੜੋ। ਕਈ ਮੁੰਡੇ ਕੁੜੀਆਂ ਨੂੰ ਨਾ ਤਾਨੇ ਮਿਹਣੇ ਬੜੇ ਸੁਣਨੇ ਪੈਂਦੇ ਆ ਰਿਸ਼ਤੇਦਾਰਾਂ ਦੇ, ਇਸ ਫੇਸ 'ਚੋਂ ਤਾਂ ਨਹੀਂ ਲੰਘਣਾ ਪਿਆ? ਹਾਂਜੀ ਸਰ, ਇਹ ਸਭ ਨਾਲ ਹੀ ਹੁੰਦਾ ਹੈ, ਇੱਕ ਦਿਨ ਨੌਕਰੀ ਲੈ ਕੇ ਹੀ ਦਿਖਾਵਾਂਗੇ। ਇਹ ਵੀ CM ਸਾਹਿਬ ਸਾਨੂੰ ਦਿਲਾਸਾ ਦੇ ਕੇ ਗਏ ਵੀ ਤੁਸੀਂ ਫਾਰਮ ਭਰਦੇ ਰਹੋ, ਟੀਚਿੰਗ ਸੈਕਟਰ ਦੇ ਰਿਲੇਟਿਡ ਲਾ ਲਓ, ਧਰਨਿਆਂ 'ਤੇ ਬਹਿੰਦੇ ਨੇ ਮਿਲਣ ਲਈ CM ਨੂੰ ਸਾਹਿਬ ਨੂੰ, ਉਹਨਾਂ ਤੋਂ ਨੀਚੇ ਜਿਹੜੇ ਮਤਲਬ ਅਧਿਕਾਰੀ ਸੰਬੰਧਿਤ ਅਧਿਕਾਰੀ ਹੁੰਦੇ ਨੇ, ਸਿੱਖਿਆ ਮੰਤਰੀ ਲਾ ਲਓ, ਉਹਨਾਂ ਨੂੰ ਮਿਲਣ ਲਈ ਤਰਸਦੇ ਨੇ। ਪਰ ਸਾਡੀ ਗੱਲ ਚਲੋ ਸਿੱਧੀ ਡਾਇਰੈਕਟ CM ਸਾਹਿਬ ਨਾਲ ਹੋਈ ਹੈ ਅਤੇ ਸਾਨੂੰ ਤਾਂ ਪੂਰੀ ਉਮੀਦ ਹੈ। ਸਿਲੈਕਟਡ ਕੈਂਡੀਡੇਟਸ ਦੇ ਵਿੱਚੋਂ ਜਦੋਂ ਫਿਜ਼ੀਕਲ ਟੈਸਟ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਕਿਹੜੀ ਇਹੋ ਜਿਹੀ ਸ਼ਰਤ ਸੀ, ਕਿਹੜੀ ਪ੍ਰਕਿਰਿਆ ਸੀ ਜਿਹਦੇ 'ਚ ਲੰਘ ਹੀ ਨਹੀਂ ਸਕੀਆਂ ਕੋਈ ਕੁੜੀਆਂ? 60 ਕਿਲੋ ਦਾ ਵਜ਼ਨ ਚੁੱਕ ਕੇ 100 ਮੀਟਰ ਤੁਰਨਾ ਸੀ 1 ਮਿੰਟ ਦੇ ਵਿੱਚ, ਜੋ ਕਿ ਪੋਸੀਬਲ ਹੀ ਨਹੀਂ ਸੀ। ਇਹੀ ਗੱਲ ਅਸੀਂ ਆਪਣੇ ਪਰਸੋਂ CM ਸਾਹਿਬ ਸਾਡੇ ਪਿੰਡ ਆਏ ਵਿਜ਼ਿਟ ਕੀਤਾ, ਜਦੋਂ ਉਹਨਾਂ ਦੇ ਸਾਹਮਣੇ ਵੀ ਅਸੀਂ ਇਹੀ ਗੱਲ ਰੱਖੀ ਕਿ ਉਹਨਾਂ ਨੇ ਉਸ ਸਮੇਂ ਸਾਨੂੰ ਮਤਲਬ ਵਾਧੂ ਵਜ਼ਨ ਚੱਕਣ ਲਈ ਕਿਹਾ ਗਿਆ, ਜਿਹੜਾ ਕਿਸੇ ਵੀ ਇੱਕ ਕੁੜੀ ਤੋਂ ਵੀ ਨਹੀਂ ਚੁੱਕਿਆ ਗਿਆ। ਮੇਲ ਕੈਂਡੀਡੇਟ ਸੀ ਉਹਨਾਂ ਲਈ ਵੀ ਸੇਮ ਸ਼ਰਤ ਸੀ? ਹਾਂਜੀ ਸਰ, ਮੇਲ ਅਤੇ ਫੀਮੇਲ ਕੈਂਡੀਡੇਟਸ ਲਈ ਸੇਮ ਸ਼ਰਤ ਸੀ, ਇਹਨਾਂ ਨੇ ਸਾਰੀਆਂ ਸ਼ਰਤਾਂ ਸੇਮ ਰੱਖੀਆਂ ਹੋਈਆਂ ਸੀ, ਈਵਨ ਹਾਈਟ ਦਾ ਵੀ ਸੇਮ ਇਸ਼ੂ ਸੀ। 60 ਕੇਜੀ ਦਾ ਵਜ਼ਨ ਚੱਕਣਾ, ਮੁੰਡੇ ਤਾਂ ਚਲੋ ਆਸਾਨੀ ਨਾਲ ਉਹਨੂੰ ਚੱਕ ਸਕਦੇ ਸੀ, ਪਰ ਜਿਵੇਂ ਉੱਥੇ 1875 ਕੁੜੀਆਂ ਬੁਲਾਈ ਗਈਆਂ ਸੀ, ਪ੍ਰੈਜੈਂਟ ਕੁੜੀਆਂ 1400 ਦੇ ਅਰਾਊਂਡ ਕੁੜੀਆਂ ਉੱਥੇ ਪ੍ਰੈਜੈਂਟ ਸੀ, ਅਤੇ ਇੱਕ ਵੀ ਕੁੜੀ ਅਜਿਹੀ ਨਹੀਂ ਸੀ ਕਿ ਜਿਹੜੀ ਉਹ 60 ਕਿਲੋ ਦਾ ਵਜ਼ਨ ਚੁੱਕ ਸਕੇ। ਵੀ ਸਾਡੇ ਤੋਂ ਪਹਿਲਾਂ ਵੀ ਜਿਹੜੀ ਕੁੜੀਆਂ ਫਿਜ਼ੀਕਲ ਦੇ ਕੇ ਜਾ ਚੁੱਕੀਆਂ ਸਨ ਉਹ ਬਾਹਰ ਬੈਠੀਆਂ ਸਨ ਧਰਨੇ 'ਤੇ, ਸਪੋਰਟਸ ਕੋਟੇ ਦੀਆਂ ਕੁੜੀਆਂ ਸੀ, ਸਪੋਰਟਸ ਖੇਡਦੀਆਂ, ਉਹ ਕੁੜੀਆਂ ਵੀ ਕਹਿ ਰਹੀਆਂ ਸੀ ਕਿ ਸਾਡੇ ਤੋਂ ਤਾਂ ਇਹ ਹੋ ਨਹੀਂ ਰਿਹਾ, ਜਿਵੇਂ ਆਮ ਜਨਰਲ ਕੁੜੀਆਂ ਪੜ੍ਹਨ ਲਿਖਣ ਵਾਲੀਆਂ ਕੁੜੀਆਂ ਉਹ ਕਹਿੰਦੀਆਂ ਇਹਨਾਂ ਤੋਂ ਤਾਂ ਕਿਵੇਂ ਪੋਸੀਬਲ ਹੋ ਸਕਦਾ ਹੈ। ਜਦੋਂ ਸਾਡੇ ਪਿੰਡ ਭਗਵੰਤ ਮਾਨ ਸਾਹਿਬ ਆਏ ਸੀਗੇ ਤਾਂ ਅਸੀਂ ਉਹਨਾਂ ਨੂੰ ਡਾਇਰੈਕਟਲੀ ਆਪਣੀ ਇਹ ਸਮੱਸਿਆ ਉਹਨਾਂ ਦੇ ਸਾਹਮਣੇ ਦੱਸੀ ਸੀਗੀ ਕਿ ਸਾਨੂੰ ਇਹ ਪ੍ਰੋਬਲਮ ਹੈ ਵੀ ਸਾਡੀ ਭਰਤੀ ਕੁੜੀਆਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਹੈਗਾ, ਸਾਰੀਆਂ ਹੀ ਪੋਸਟਾਂ ਮੁੰਡਿਆਂ ਨੂੰ ਦਿੱਤੀਆਂ ਗਈਆਂ ਹਨ। ਜੇ CM ਸਾਹਿਬ ਤੁਹਾਡੇ ਪਿੰਡ ਨਾ ਆਉਂਦੇ ਹੋ ਪ੍ਰੋਗਰਾਮ ਕਰਨ ਤੇ ਫਿਰ ਤਾਂ ਵਿੱਚ ਹੀ ਰਹਿ ਜਾਣਾ ਸੀ। ਵਾਹਿਗੁਰੂ ਦਾ ਸ਼ੁਕਰ ਆ ਕਿ ਉਹ ਸਾਡੇ ਕਿਸਮਤ ਕਹਿ ਲਓ ਕਿ ਸਾਡੇ ਉਹ ਪਿੰਡ ਆਏ ਤੇ ਸਾਡੀ ਉਹਨਾਂ ਨੇ ਇਹ ਗੱਲ ਸੁਣੀ ਕਿ ਮੁੰਡਿਆਂ ਦਾ ਹੱਕ ਤਾਂ ਉਦੋਂ ਤੱਕ ਬਣਦਾ ਨਹੀਂ ਜਦੋਂ ਤੱਕ ਸਾਡੀ ਪੂਰੀ ਗੱਲ ਨਾ ਸੁਣੀ ਜਾਵੇ। ਉਹ ਬੜੀ ਸਰਪ੍ਰਾਈਜ਼ਡ ਹੋਏ ਸਾਡੇ ਮੂੰਹੋਂ ਇਹ ਗੱਲ ਸੁਣ ਕੇ ਕਿ 60 ਕੇਜੀ ਵਜ਼ਨ, ਉਹ ਖੁਦ ਮਤਲਬ ਹੈਰਾਨ ਨੇ ਕਿ ਕੁੜੀਆਂ ਕੋਲੋਂ 60 ਕਿਲੋ ਵਜ਼ਨ ਚੁਕਾਇਆ ਗਿਆ, ਇਹ ਤਾਂ ਰੂਲ ਸਰਾਸਰ ਗਲਤ ਹੈ। ਪੰਜਾਬ ਸਰਕਾਰ ਨੇ ਫਾਇਰ ਵਿਮਨ ਅਤੇ ਜਿਹੜਾ ਆਦਮੀਆਂ ਦੇ ਲਈ ਇਹ ਪੋਸਟਾਂ ਕੱਢੀਆਂ, ਫਾਇਰ ਫਾਈਟਰ ਜਿਹਨਾਂ ਨੂੰ ਕਿਹਾ ਜਾ ਸਕਦਾ, ਜਿਹੜੀਆਂ 1300 ਤੋਂ ਤਕਰੀਬਨ ਵੱਧ ਪੋਸਟਾਂ ਸੀ ਜਿਸ ਵਿੱਚ 1800 ਤੋਂ ਪਲੱਸ ਕੈਂਡੀਡੇਟ ਹਿੱਸਾ ਲੈਂਦੇ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਵਿੱਚ ਸ਼ਰਤਾਂ ਐਸੀਆਂ ਨੇ ਫਿਜ਼ੀਕਲ ਟੈਸਟ ਦੇ ਵਿੱਚ ਕਿ ਜਿਹੜੀਆਂ ਬੀਬੀਆਂ ਨੇ, ਜਿਹੜੀਆਂ ਕੁੜੀਆਂ ਨੇ, ਉਹ ਪੇਪਰ ਕਲੀਅਰ ਕਰ ਲਿਆ
ਜਿਹਦੇ ਵਿੱਚ ਪੰਜਾਬੀ ਵੀ ਕੰਪਲਸਰੀ ਸੀ, ਉਹ ਵੀ ਕਰ ਲਿਆ। ਪਰ ਜਦੋਂ ਵਾਰੀ ਆਈ ਫਿਜ਼ੀਕਲ ਟੈਸਟ ਦੀ ਤਾਂ ਉਹ ਸਾਰੀਆਂ ਕੁੜੀਆਂ ਉਸ ਰੇਸ 'ਚੋਂ ਹੀ ਬਾਹਰ ਕਰ ਦਿੱਤੀਆਂ ਗਈਆਂ। ਇਹ ਭਰਤੀ ਦੇ ਵਿੱਚ ਸ਼ਰਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਸੀ, ਇਸ ਨੂੰ ਬਦਲਣ ਦੇ ਲਈ ਲੋੜ ਸੀ, ਸੋਧ ਦੀ ਲੋੜ ਸੀ। ਪਰ ਇਹ ਜਿਹੜੇ ਸਾਡੇ ਨਾਲ ਬੈਠੇ ਨੇ ਮੈਡਮ ਦੀਪਿਕਾ ਅਤੇ ਹਰਪ੍ਰੀਤ ਕੌਰ, ਇਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਇਸ ਮਸਲੇ ਦੇ ਵਿੱਚ ਭਰਤੀ ਇਹਨਾਂ ਦੀ ਕਿਉਂ ਨਹੀਂ ਹੋ ਪਾਈ। ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸਰਕਾਰ ਤੁਹਾਡੇ ਦੁਆਰ ਦਾ ਪ੍ਰੋਗਰਾਮ ਦਾ ਭਾਂਖਰਪੁਰ ਪਿੰਡ ਤੋਂ ਸ਼ੁਰੂਆਤ ਕਰਦੀ ਹੈ ਅਤੇ ਇਸੇ ਪਿੰਡ ਦੇ ਵਿੱਚ ਇਹਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੀ ਵੀ ਆ ਸਮੱਸਿਆ, ਸੁਣੋ ਤਾਂ ਉਦੋਂ ਮੁੱਖ ਮੰਤਰੀ ਨਾਲ ਗੱਲਾਂ ਕੀ ਹੋਈਆਂ, ਉਹਨਾਂ ਨੇ ਭਰੋਸਾ ਕੀ ਦਿੱਤਾ, ਉਹ ਵੀ ਗੱਲ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਮੁੱਦੇ ਦੇ ਬਾਰੇ ਦੱਸਦੇ ਵਿਸਥਾਰ ਨਾਲ ਜਾਣਦੇ ਹਾਂ ਕਿ ਹੈ ਕੀ, ਅਸਲ ਵਿੱਚ ਕਦੋਂ ਸ਼ੁਰੂਆਤ ਹੋਈ। ਸਭ ਤੋਂ ਪਹਿਲਾਂ ਇਹ ਦੱਸੋ ਜੀ ਕਿ ਇਹ ਜਿਹੜੀ ਤੁਹਾਡੀ ਭਰਤੀ ਸੀ, ਪਹਿਲੀ ਵਾਰੀ ਕਦੋਂ ਇਸ਼ਤਿਹਾਰ ਤੁਸੀਂ ਦੇਖਿਆ ਕਿ ਇਹਦੇ ਲਈ ਅਸੀਂ ਐਲੀਜੀਬਲ ਹੋ ਸਕਦੇ ਹਾਂ ਅਤੇ ਤੁਹਾਨੂੰ ਵੀ ਇਹ ਭਰਤੀ ਵੱਲ ਜਾਣਾ ਚਾਹੀਦਾ? ਸਰ, ਇਹ 2023 'ਚ ਸਾਡੀ ਭਰਤੀ ਹੋਈ ਸੀ ਅਤੇ 2023 ਦੀ ਸ਼ੁਰੂਆਤ 'ਚ ਸਾਡਾ ਨੋਟੀਫਿਕੇਸ਼ਨ ਆਇਆ ਸੀ, ਉਸ ਅਕੋਰਡਿੰਗ ਅਸੀਂ ਅਪਲਾਈ ਕੀਤਾ ਸੀ ਜੀ। ਅਤੇ ਉਦੋਂ ਬਾਅਦ ਜਦੋਂ ਅਪਲਾਈ ਕਰਦੇ ਹੋ ਪਤਾ ਲੱਗ ਜਾਂਦਾ ਨਾ ਕਿ ਇੰਨੀਆਂ ਮੇਲਸ ਵਾਸਤੇ ਨੇ, ਇੰਨੀਆਂ ਫੀਮੇਲ ਵਾਸਤੇ ਨੇ, ਤਾਂ ਤੁਸੀਂ ਉਹ ਕਿਹੜੀ ਕਿਹੜੇ ਪ੍ਰੋਸੈਸ ਦੇ ਵਿੱਚ ਭਰਤੀ 'ਚੋਂ ਲੰਘੇ, ਕੀ ਕਲੀਅਰ ਕੀਤਾ? ਸਰ, ਸਭ ਤੋਂ ਪਹਿਲਾਂ ਤਾਂ ਅਸੀਂ ਔਨਲਾਈਨ ਅਪਲਾਈ ਕੀਤਾ, ਦੈਨ ਉਸ ਤੋਂ ਬਾਅਦ ਅਕਤੂਬਰ ਦੀ 1 ਤਰੀਕ ਨੂੰ ਸਾਡਾ ਲਿਖਤੀ ਪੇਪਰ ਹੋਇਆ, ਜਿਹਦੇ 'ਚ ਪਹਿਲਾਂ ਸਾਡਾ ਫਸਟ ਪੇਪਰ ਸਾਡਾ ਪੰਜਾਬੀ ਦਾ ਉਹਨਾਂ ਨੇ ਰੱਖਿਆ, ਉਸ ਤੋਂ ਬਾਅਦ ਉਹਨਾਂ ਨੇ ਸਾਡਾ ਦੂਜਾ ਇਗਜ਼ਾਮ ਰੱਖਿਆ। ਸੇਮ ਡੇ ਸੀ ਦੋਨੋਂ ਇਗਜ਼ਾਮ, ਕਿਉਂਕਿ ਇਲੀਜੀਬਿਲਟੀ ਰੱਖੀ ਗਈ ਸੀ ਕਿ ਪੰਜਾਬੀ ਦਾ ਪੇਪਰ ਪਹਿਲਾਂ ਕਲੀਅਰ ਕਰਨਾ ਹੈ। ਦੈਨ ਉਸ ਤੋਂ ਬਾਅਦ ਫਿਰ ਉਹਨਾਂ ਨੇ 19 ਤਰੀਕ ਨੂੰ ਸਾਡਾ ਫਿਜ਼ੀਕਲ ਰੱਖਿਆ ਕੁੜੀਆਂ ਦਾ, ਅਤੇ ਉਹਨਾਂ ਨੇ ਫਿਜ਼ੀਕਲ ਟੈਸਟ ਵਾਸਤੇ ਸਾਰੀ ਕੁੜੀਆਂ ਸੇਮ ਡੇ 19 ਤਰੀਕ ਨੂੰ ਹੀ ਸਾਰੀ ਕੁੜੀਆਂ ਨੂੰ ਉਹ ਬੁਲਾ ਲਿਆ ਜੀ। ਤਾਂ ਜਦੋਂ 19 ਤਰੀਕ ਨੂੰ ਉਹ ਜਦੋਂ ਕੁੜੀਆਂ ਨੂੰ ਬੁਲਾ ਲਿਆ ਜਾਂਦਾ, ਜਿਹੜੀਆਂ ਸਿਲੈਕਟ ਹੁੰਦੀਆਂ, ਜਿਹਨਾਂ ਲੱਗਿਆ ਕਿ ਕੈਂਡੀਡੇਟ ਸਿਲੈਕਟ ਨੇ, ਤਾਂ ਸਿਲੈਕਟਡ ਕੈਂਡੀਡੇਟਸ ਦੇ ਵਿੱਚੋਂ ਜਦੋਂ ਫਿਜ਼ੀਕਲ ਟੈਸਟ ਦੀ ਵਾਰੀ ਆਉਂਦੀ ਹੈ, ਤਾਂ ਉਦੋਂ ਕਿਹੜੀ ਇਹੋ ਜਿਹੀ ਸ਼ਰਤ ਸੀ, ਕਿਹੜੀ ਪ੍ਰਕਿਰਿਆ ਸੀ ਜਿਹਦੇ 'ਚ ਲੰਘ ਹੀ ਨਹੀਂ ਸਕੀਆਂ ਕੋਈ ਕੁੜੀਆਂ? ਸਰ, ਉਹ ਪ੍ਰਕਿਰਿਆ ਸੀ ਇਹਨਾਂ ਦਾ ਰੱਖਿਆ ਮਾਪਦੰਡ, ਜਿਹੜਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕੁੜੀਆਂ ਨੂੰ ਕਿਹਾ ਗਿਆ ਕਿ ਤੁਸੀਂ ਜਦੋਂ ਸਾਡਾ ਮਤਲਬ ਪੈਰਾਮੀਟਰ ਜਿਹੜਾ ਰੱਖਿਆ ਗਿਆ ਉਹ 60 ਕਿਲੋ ਦਾ ਵਜ਼ਨ ਚੁੱਕ ਕੇ 100 ਮੀਟਰ ਤੁਰਨਾ ਸੀ 1 ਮਿੰਟ ਦੇ ਵਿੱਚ, ਜੋ ਕਿ ਪੋਸੀਬਲ ਹੀ ਨਹੀਂ ਸੀ। ਇਹੀ ਗੱਲ ਅਸੀਂ ਆਪਣੇ ਪਰਸੋਂ CM ਸਾਹਿਬ ਸਾਡੇ ਪਿੰਡ ਆਏ ਵਿਜ਼ਿਟ ਕੀਤਾ, ਜਦੋਂ ਉਹਨਾਂ ਦੇ ਸਾਹਮਣੇ ਵੀ ਅਸੀਂ ਇਹੀ ਗੱਲ ਰੱਖੀ ਕਿ ਉਹਨਾਂ ਨੇ ਉਸ ਸਮੇਂ ਸਾਨੂੰ ਮਤਲਬ ਵਾਧੂ ਵਜ਼ਨ ਚੱਕਣ ਲਈ ਕਿਹਾ ਗਿਆ, ਜਿਹੜਾ ਕਿਸੇ ਵੀ 1 ਕੁੜੀ ਤੋਂ ਵੀ ਨਹੀਂ ਚੁੱਕਿਆ ਗਿਆ। ਮਤਲਬ ਕਿ ਜਿਹੜੇ ਮੇਲ ਕੈਂਡੀਡੇਟ ਸੀ ਉਹਨਾਂ ਲਈ ਵੀ ਸੇਮ ਸ਼ਰਤ ਸੀ? ਹਾਂਜੀ ਸਰ, ਮੇਲ ਅਤੇ ਫੀਮੇਲ ਕੈਂਡੀਡੇਟਸ ਲਈ ਸੇਮ ਸ਼ਰਤ ਸੀ, ਇਹਨਾਂ ਨੇ ਸਾਰੀਆਂ ਸ਼ਰਤਾਂ ਸੇਮ ਰੱਖੀਆਂ ਹੋਈਆਂ ਸੀ। ਈਵਨ ਹਾਈਟ ਦਾ ਵੀ ਸੇਮ ਇਸ਼ੂ ਸੀ, ਮੁੰਡਿਆਂ ਅਤੇ ਕੁੜੀਆਂ ਦੀ ਹਾਈਟ ਵੀ ਸੇਮ ਰੱਖੀ ਗਈ ਸੀ ਅਤੇ ਦੂਜੀਆਂ ਗੱਲਾਂ ਵੀ, ਜਿਵੇਂ 60 ਕੇਜੀ ਦਾ ਵਜ਼ਨ ਚੱਕਣਾ, ਮੁੰਡੇ ਤਾਂ ਚਲੋ ਆਸਾਨੀ ਨਾਲ ਉਹਨੂੰ ਚੱਕ ਸਕਦੇ ਸੀ, ਪਰ ਜਿਵੇਂ ਉੱਥੇ 1875 ਕੁੜੀਆਂ ਬੁਲਾਈ ਗਈਆਂ ਸੀ ਅਤੇ ਉੱਥੇ ਪ੍ਰੈਜੈਂਟ ਕੁੜੀਆਂ 1400 ਦੇ ਅਰਾਊਂਡ ਕੁੜੀਆਂ ਉੱਥੇ ਪ੍ਰੈਜੈਂਟ ਸੀ, ਅਤੇ 1 ਵੀ ਕੁੜੀ ਅਜਿਹੀ ਨਹੀਂ ਸੀ ਕਿ ਜਿਹੜੀ ਉਹ 60 ਕਿਲੋ ਦਾ ਵਜ਼ਨ ਚੁੱਕ ਸਕੇ। ਇਹਦਾ ਮਤਲਬ ਇੱਕ ਭਰਤੀ ਜਿਹੜੀ ਦੇ ਵਿੱਚੋਂ ਸਾਰੇ ਟੈਸਟ ਕਲੀਅਰ ਕਰਦੀਆਂ ਉਹਦੀਆਂ ਕੁੜੀਆਂ, ਉਹਨਾਂ ਨਾਲ ਤਾਂ ਇੱਥੇ ਵਧੀਕੀ ਇਹ ਹੋ ਗਈ ਕਿ ਉਸ ਰੇਸ 'ਚੋਂ ਹੀ ਬਾਹਰ ਕਰ ਦਿੱਤੀਆਂ ਗਈਆਂ। ਹਾਂਜੀ ਸਰ, ਇੱਕ ਕਿਸਮ ਦੀ ਇਹ ਉਹਨਾਂ ਨਾਲ ਮਜ਼ਾਕ ਹੀ ਖੇਡਿਆ ਗਿਆ, ਉਹਨਾਂ ਨੂੰ ਉੱਥੇ ਸੱਦਿਆ ਗਿਆ। ਕੁੜੀਆਂ ਨੇ ਇਸ ਉਮੀਦ ਨਾਲ ਪੇਪਰ ਦਿੱਤਾ ਸੀ ਕਿ ਰਿਟਰਨ ਇਗਜ਼ਾਮ ਕਿ ਸ਼ਾਇਦ ਜਦੋਂ ਭਰਤੀ ਦੀ ਨੋਟੀਫਿਕੇਸ਼ਨ ਆਇਆ ਉਦੋਂ ਮਾਪਦੰਡ ਪੜ੍ਹੇ ਸੀ, ਪਰ ਸਭ ਨੂੰ ਇਹ ਉਮੀਦ ਸੀ ਕਿ ਸ਼ਾਇਦ ਸਰਕਾਰ ਇਹਨਾਂ ਮਾਪਦੰਡਾਂ 'ਚ ਵਿਦ ਇਨ ਟਾਈਮ ਸਮੇਂ ਦੇ ਨਾਲ ਕੁਛ ਬਦਲਾਵ ਕਰਦੇ। ਇਸ ਉਮੀਦ ਨਾਲ ਅਸੀਂ ਉੱਥੇ ਚਲੇ ਗਏ ਕਿ ਸ਼ਾਇਦ ਉਹਨਾਂ ਦਾ ਸਪੋਰਟ ਕੋਈ ਇਹੋ ਜਿਹੀ ਗੱਲ ਆ ਜਾਵੇ ਕਿ ਜਿਵੇਂ ਕਿਹਾ ਜਾ ਰਿਹਾ ਸੀ ਕਿ ਸਵੇਰ ਤੋਂ ਹੀ ਪ੍ਰੋਸੈਸ ਸਟਾਰਟ ਹੋਇਆ ਹੋਇਆ ਸੀ ਫਿਜ਼ੀਕਲ ਦਾ, ਅਤੇ ਜਿਵੇਂ ਸਾਡਾ ਮਤਲਬ ਨੂਨ ਦੇ ਵਿੱਚ ਸਾਡਾ ਸੀ ਟਾਈਮ ਵੀ, ਸਾਡੇ ਤੋਂ ਪਹਿਲਾਂ ਵੀ ਜਿਹੜੀ ਕੁੜੀਆਂ ਫਿਜ਼ੀਕਲ ਦੇ ਕੇ ਜਾ ਚੁੱਕੀਆਂ ਸਨ ਉਹ ਬਾਹਰ ਬੈਠੀਆਂ ਸਨ ਧਰਨੇ 'ਤੇ, ਉਹ ਵੀ ਇਹ ਗੱਲ ਲੈ ਕੇ ਬੈਠੀਆਂ ਸੀ ਸਨ ਕਿ ਕਿਸੇ ਵੀ ਕੁੜੀ ਤੋਂ ਅੰਦਰ ਵਜ਼ਨ ਨਹੀਂ ਚੁੱਕਿਆ ਜਾ ਰਿਹਾ। ਮਤਲਬ ਮੌਕੇ ਦੇ ਉੱਤੇ ਤੁਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ? ਹਾਂਜੀ ਸਰ, ਅਸੀਂ ਮੌਕੇ 'ਤੇ ਇਹ ਗੱਲਾਂ ਕਹੀਆਂ ਕਿ ਸਰ ਇਹ ਕਿਵੇਂ ਪੋਸੀਬਲ ਹੈ, ਬਾਹਰ ਕੁੜੀਆਂ ਜਿਹੜੀਆਂ ਪੇਪਰ ਦੇ ਕੇ ਆ ਰਹੀਆਂ ਸੀ ਉਹ ਬਾਹਰ ਹੀ ਬੈਠ ਗਈਆਂ ਸੀ, ਉਹ ਬਲਕਿ ਸਾਨੂੰ ਵੀ ਰੋਕ ਰਹੀਆਂ ਸੀ ਕਿ ਮੈਡਮ ਤੁਸੀਂ ਰੁਕ ਜਾਓ, ਅੰਦਰ ਕੁਝ ਨਹੀਂ ਬਣਨਾ, ਕਿਉਂਕਿ ਅੰਦਰ ਉਹਨਾਂ ਨੇ ਤੁਹਾਡੇ ਤੋਂ 60 ਕਿਲੋ ਵਜ਼ਨ ਚੁਕਾਉਣਾ ਜਿਹੜਾ ਪੋਸੀਬਲ ਨਹੀਂ। ਈਵਨ ਸਰ ਫਿਜ਼ੀਕਲ ਮਤਲਬ ਜਿਹੜੀ ਕੁੜੀਆਂ ਫਿਜ਼ੀਕਲ ਐਜੂਕੇਸ਼ਨ ਨਾਲ ਪੜ੍ਹਦੀਆਂ ਸਪੋਰਟਸ ਕੋਟੇ ਦੀਆਂ ਕੁੜੀਆਂ ਸੀ, ਸਪੋਰਟਸ ਖੇਡਦੀਆਂ, ਉਹ ਕੁੜੀਆਂ ਵੀ ਕਹਿ ਰਹੀਆਂ ਸੀ ਕਿ ਸਾਡੇ ਤੋਂ ਤਾਂ ਇਹ ਹੋ ਨਹੀਂ ਰਿਹਾ, ਜਿਵੇਂ ਆਮ ਜਨਰਲ ਕੁੜੀਆਂ ਪੜ੍ਹਨ ਲਿਖਣ ਵਾਲੀਆਂ ਕੁੜੀਆਂ ਉਹ ਕਹਿੰਦੀਆਂ ਇਹਨਾਂ ਤੋਂ ਤਾਂ ਕਿਵੇਂ ਪੋਸੀਬਲ ਹੋ ਸਕਦਾ ਆ, ਮਤਲਬ ਇਹ ਨਜਾਇਜ਼ ਗੱਲ ਸੀ 60 ਕਿਲੋ ਦਾ ਵਜ਼ਨ ਚੁਕਾਉਣਾ ਉੱਥੇ।
ਜਿਵੇਂ ਇਹਨਾਂ ਨੇ ਦੱਸਿਆ ਜੀ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਕੈਂਡੀਡੇਟਸ ਵਿੱਚੋਂ ਆ ਜਿਹੜੇ ਪਾਸ ਹੋਏ, ਤੁਹਾਨੂੰ ਜਦੋਂ ਦਿੱਕਤ ਆਈ ਸਾਹਮਣੇ ਤੁਸੀਂ ਫਿਰ ਲਿਖਤੀ ਰੂਪ ਵਿੱਚ ਜਾਂ ਕੋਈ ਹੋਰ ਕਿਵੇਂ ਜਾਣੂ ਕਰਵਾਇਆ ਅਫਸਰਾਂ ਨੂੰ ਕਿ ਘੱਟ ਤੋਂ ਘੱਟ ਇਹਦੇ ਵਿੱਚ ਤਬਦੀਲੀ ਕਰੋ? ਸਰ ਅਸੀਂ ਕੋਈ ਰਿਟਰਨ ਰਿਤੋ ਨਹੀਂ ਪਾਈ ਸੀ ਉਦੋਂ, ਪਰ ਸਰ ਜਦੋਂ ਸਾਡੇ ਪਿੰਡ ਭਗਵੰਤ ਮਾਨ ਸਾਹਿਬ ਆਏ ਸੀਗੇ ਤਾਂ ਅਸੀਂ ਉਹਨਾਂ ਨੂੰ ਡਾਇਰੈਕਟਲੀ ਆਪਣੀ ਇਹ ਸਮੱਸਿਆ ਉਹਨਾਂ ਦੇ ਸਾਹਮਣੇ ਦੱਸੀ ਸੀਗੀ ਕਿ ਸਾਨੂੰ ਇਹ ਪ੍ਰੋਬਲਮ ਹੈ ਵੀ ਸਾਡੀ ਭਰਤੀ ਕੁੜੀਆਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਹੈਗਾ, ਸਾਰੀਆਂ ਹੀ ਪੋਸਟਾਂ ਮੁੰਡਿਆਂ ਨੂੰ ਦੇ ਦਿੱਤੀਆਂ ਗਈਆਂ ਹਨ ਅਤੇ ਹੁਣ ਜਦੋਂ ਪ੍ਰੋਵੀਜ਼ਨਲ ਲਿਸਟ ਆਈ ਹੈ ਇਹਦੇ ਵਿੱਚ ਕੋਈ ਵੀ ਫੀਮੇਲ ਕੈਂਡੀਡੇਟ ਨਹੀਂ ਹੈਗੀ ਸੀ, ਜਦੋਂ ਕਿ 375 ਦੇ ਤਕਰੀਬਨ ਕੁੜੀਆਂ ਪਾਰਟੀਸਪੇਟ ਕਰੀਆਂ ਸੀਗੀਆਂ ਜਿਨ੍ਹਾਂ ਨੇ ਰਿਟਰਨ ਟੈਸਟ ਵੀ ਪਾਸ ਕਰਿਆ ਸੀਗਾ ਅਤੇ ਉਹਨਾਂ ਦੀਆਂ ਪੋਸਟਾਂ ਸਾਰੀਆਂ ਹੀ ਮਰਜ ਕਰਕੇ ਬੋਇਜ਼ ਨੂੰ ਦੇ ਦਿੱਤੀਆਂ ਗਈਆਂ। ਮਤਲਬ ਇੱਕ ਗੱਲ ਸਾਫ਼ ਹੈ ਕਿ ਜੇ ਸੀਐਮ ਸਾਹਿਬ ਤੁਹਾਡੇ ਪਿੰਡ ਨਾ ਆਉਂਦੇ ਹੋ ਪ੍ਰੋਗਰਾਮ ਕਰਨ ਤਾਂ ਫਿਰ ਤਾਂ ਵਿੱਚ ਹੀ ਰਹਿ ਜਾਣਾ ਸੀ। ਵਾਹਿਗੁਰੂ ਦਾ ਸ਼ੁਕਰ ਆ ਕਿ ਉਹ ਸਾਡੇ ਕਿਸਮਤ ਕਹਿ ਲਓ ਕਿ ਸਾਡੇ ਉਹ ਪਿੰਡ ਆਏ ਅਤੇ ਸਾਡੀ ਉਹਨਾਂ ਨੇ ਇਹ ਗੱਲ ਸੁਣੀ ਅਤੇ ਸਾਡੀ ਗੱਲ ਨੂੰ ਸੁਣ ਕੇ ਉਹਨਾਂ ਨੇ ਸਮਝਿਆ ਕਿ ਹਾਂ ਇਹ ਚੀਜ਼ ਗਲਤ ਹੋ ਰਹੀ ਆ ਅਤੇ ਇਹਨਾਂ ਨਿਯਮਾਂ ਨੂੰ ਬਦਲਣਾ ਚਾਹੀਦਾ ਅਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਹੈ ਵੀ ਹਾਂ ਅਸੀਂ ਜਿਹੜੇ ਅਗਲੀ ਵਾਰ ਭਰਤੀ ਹੋਊਗੀ ਜਾਂ ਇਹ ਭਰਤੀ ਦੌਰਾਨ ਵੀ ਰੂਲ ਚੇਂਜ ਕਰਕੇ ਦੁਬਾਰਾ ਤੁਹਾਡੇ ਟੈਸਟਰ ਲੈ ਜਾਣਗੇ ਜਾਂ ਫਿਰ ਇਸ ਭਰਤੀ ਦੇ ਰਿਲੇਟਿਡ ਕੁਛ ਨਾ ਕੁਛ ਕੋਈ ਫੈਸਲਾ ਲੈਣਗੇ। ਉਹਨਾਂ ਨੇ ਸਾਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜੀ। ਮਤਲਬ ਹਾਲੇ ਫਾਈਨਲ ਕੈਂਡੀਡੇਟ ਸਿਲੈਕਟ ਹੋਣੇ ਬਾਕੀ ਆ, ਫਾਈਨਲ ਲਿਸਟ ਆਉਣੀ ਬਾਕੀ? ਉਹਨਾਂ ਨੂੰ ਮਤਲਬ ਕਹਿ ਲਓ ਵੀ ਅਪੁਆਇੰਟਮੈਂਟ ਲੈਟਰ ਨਹੀਂ ਅਜੇ ਦਿੱਤੇ ਹੈਗੇ, ਉਹਨਾਂ ਨੂੰ ਪ੍ਰੋਵੀਜ਼ਨਲ ਲਿਸਟ ਕੱਢ ਦਿੱਤੀ ਆ ਜਿਹਨਾਂ ਵਿੱਚ ਸਿਰਫ ਮੇਲ ਪਰਸਨ ਹੀ ਉਹਨਾਂ ਨੇ ਸ਼ੋ ਕੀਤੇ ਨੇ, ਕੋਈ ਵੀ ਵੁਮੈਨ ਨਹੀਂ ਹੈਗੀ ਜੀ। ਮਤਲਬ ਕਹਿਣ ਦਾ ਵੀ ਇੱਕ ਰਸਤਾ ਬਚਿਆ ਹੋਇਆ ਜਿਹੜੀ ਲਿਸਟ ਕੱਢੀ ਹੈ, ਜਦੋਂ ਫਾਈਨਲ ਲਿਸਟ ਆਉਣੀ ਹੈ ਜਾਂ ਫਿਰ ਨਿਯੁਕਤੀ ਪੱਤਰ ਵੰਡੇ ਜਾਣੇ ਆ ਉਹਨਾਂ ਵਿੱਚ ਆ ਸਕਦਾ ਤੁਹਾਡਾ? ਹਾਂਜੀ ਸਰ ਆਉਣਾ ਚਾਹੀਦਾ ਹੈ ਕਿਉਂਕਿ ਜੇਕਰ ਸਾਨੂੰ ਨੋਟੀਫਿਕੇਸ਼ਨ 'ਚ ਔਰਤਾਂ ਨੂੰ ਉਹਨਾਂ ਨੇ ਸੀਟਾਂ ਅਲੋਟ ਕੀਤੀਆਂ ਆ, ਕੁੜੀਆਂ ਨੂੰ ਸੀਟਾਂ ਅਲੋਟ ਕੀਤੀਆਂ ਤਾਂ ਕੁੜੀਆਂ ਦਾ ਹੀ ਹੱਕ ਬਣਦਾ ਹੈ ਕਿਉਂਕਿ ਮੁੰਡਿਆਂ ਦਾ ਹੱਕ ਤਾਂ ਉਦੋਂ ਤੱਕ ਬਣਦਾ ਨਹੀਂ ਜਦੋਂ ਤੱਕ ਸਾਡੀ ਪੂਰੀ ਗੱਲ ਨਾ ਸੁਣੀ ਜਾਵੇ, ਕਿਉਂਕਿ ਜੇਕਰ ਇਸ ਗੱਲ 'ਚ ਕੋਈ ਡਾਊਟ ਹੁੰਦਾ ਤਾਂ ਸੀ ਐਮ ਸਾਹਿਬ ਔਨ ਦਾ ਸਪੋਰਟ ਸਾਨੂੰ ਇਹ ਗੱਲ, ਕਿਉਂਕਿ ਉਹਨਾਂ ਨੂੰ ਵੀ ਬੜੀ ਅਜੀਬ ਲੱਗੀ, ਉਹ ਬੜੇ ਸਰਪ੍ਰਾਈਜ਼ਡ ਹੋਏ ਸਾਡੇ ਮੂੰਹੋਂ ਇਹ ਗੱਲ ਸੁਣ ਕੇ ਕਿ 60 ਕੇਜੀ ਵਜ਼ਨ, ਤੁਸੀਂ ਉਹਨਾਂ ਦੀ ਤੁਸੀਂ ਮੀਡੀਆ 'ਚ ਸੁਣਿਆ ਹੀ ਹੈ ਉਹਨਾਂ ਦੀ ਸਪੀਚ 'ਚੋਂ ਕੀ ਕਹਿ ਰਹੇ ਨੇ, ਉਹ ਖੁਦ ਮਤਲਬ ਹੈਰਾਨ ਨੇ ਕਿ ਕੁੜੀਆਂ ਕੋਲੋਂ 60 ਕਿਲੋ ਵਜ਼ਨ ਚੁਕਾਇਆ ਗਿਆ, ਇਹ ਤਾਂ ਰੂਲ ਸਰਾਸਰ ਗਲਤ ਹੈ ਅਤੇ ਉਹਨਾਂ ਨੇ ਸਾਨੂੰ ਦਿਲਾਸਾ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਉਹ ਸਾਡੇ ਦਿੱਤੇ ਪੇਪਰ ਦਾ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਕੱਢਣਗੇ ਅਤੇ ਸਾਨੂੰ ਵੀ ਪੂਰੀ ਉਮੀਦ ਹੈ, ਹੁਣ ਆਪਾਂ ਇੱਕ ਹਫ਼ਤੇ ਲਈ ਤਾਂ ਇੱਕ ਚੰਗੀ ਉਮੀਦ ਆਪਣੇ ਮਨ ਅੰਦਰ ਰੱਖ ਕੇ ਚੱਲ ਹੀ ਸਕਦੇ ਹਾਂ ਕਿ ਸਰ ਜ਼ਰੂਰ ਸਾਡੇ ਵਾਸਤੇ ਕੁਛ ਵਧੀਆ ਹੀ ਕਰੋਗੇ, ਕਿਉਂਕਿ ਜੇਕਰ ਉਹਨਾਂ ਨੇ ਸਾਡੀਆਂ ਕਈਆਂ ਗੱਲਾਂ ਆਪਣੇ ਚੈਨਲ 'ਤੇ ਪਾਈਆਂ ਤਾਂ ਮੇ ਬੀ ਉਹਨਾਂ ਗੱਲਾਂ 'ਚ ਵਜ਼ਨ ਹੈਗਾ ਆ, ਉਹਨਾਂ ਦਾ ਕੋਈ ਵਜੂਦ ਹੈਗਾ ਆ, ਤਾਂ ਹੀ ਉਹ ਗੱਲਾਂ ਇੰਨੀ ਹਾਈਲਾਈਟ ਹੋ ਰਹੀਆਂ ਆ। ਮਤਲਬ ਕਹਿਣ ਦਾ ਭਾਵ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਜੇ ਪ੍ਰੋਗਰਾਮ ਨਾ ਹੁੰਦਾ ਇੱਕ ਤਾਂ ਗੱਲ ਵਿੱਚ ਰਹਿ ਜਾਣੀ ਸੀ, ਔਰ ਦੂਸਰਾ ਤੁਸੀਂ ਕਿੰਨੀ ਵਾਰੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਨਾ ਕਿਸੇ ਨੌਕਰੀ ਦੇ ਉੱਤੇ ਲੱਗ ਜਾਈਏ ਕਿਉਂਕਿ ਇੰਨੀ ਕੁਆਲੀਫਿਕੇਸ਼ਨ ਹੈ, ਹੋਰ ਵੀ ਜਿਹੜਾ ਕੋਸ਼ਿਸ਼ ਕਰਨੀ ਚਾਹੀਦੀ? ਸਰ ਕੋਸ਼ਿਸ਼ ਦਾ ਤਾਂ ਤੁਸੀਂ ਪੁੱਛੋ ਹੀ ਨਾ, ਮਿਨੀਮਮ 50 ਤੋਂ 60 ਇਗਜ਼ਾਮ ਤਾਂ ਅਸੀਂ ਦੇ ਹੀ ਚੁੱਕੇ ਹਾਂ, ਹਰ ਇਗਜ਼ਾਮ ਅਸੀਂ ਅਪਲਾਈ ਕਰਦੇ ਹਾਂ। ਰੀਸੈਂਟਲੀ ਹੁਣੇ ਲਾਸਟ ਈਅਰ ਸਰ ਮੈਂ ਸਭ ਮੇਰਾ ਮਤਲਬ ਜਿਹੜਾ ਸਭ ਤੋਂ ਜ਼ਿਆਦਾ ਮੈਨੂੰ ਜਿਹਦੀ ਉਮੀਦ ਸੀ ਕਿ ਮੈਂ ਸ਼ਾਇਦ ਉਹ ਲੱਗ ਜਾਵਾਂਗੀ SI ਸਬ ਇੰਸਪੈਕਟਰ ਪੰਜਾਬ ਪੁਲਿਸ, 2021 'ਚ ਸਰ ਮੈਂ ਉਹ ਇਗਜ਼ਾਮ ਕਲੀਅਰ ਕੀਤਾ ਸੀ, ਰਿਟਨ ਇਗਜ਼ਾਮ ਕਲੀਅਰ ਕੀਤਾ ਸੀ, ਦੈਨ ਉਸ ਤੋਂ ਬਾਅਦ ਮੈਂ ਫਿਜ਼ੀਕਲ ਕਲੀਅਰ ਕੀਤਾ ਸੀ ਅਤੇ ਸਰ ਮੈਨੂੰ ਐਂਡ ਮੂਮੈਂਟ ਤੱਕ ਪੂਰੀ ਉਮੀਦ ਸੀ ਕਿ ਮੈਂ ਉਹਦੇ 'ਚ SI ਲੱਗ ਜਾਵਾਂਗੀ। ਈਵਨ ਮੇਰੀ ਫੈਮਿਲੀ ਨੂੰ ਵੀ ਬੜੀਆਂ ਉਮੀਦਾਂ ਜਾਗ ਗਈਆਂ ਸੀ ਮੇਰੇ ਤੋਂ, ਵੀ ਉਹ ਸਾਰੇ ਕਹਿੰਦੇ ਸੀ ਵੀ ਹਾਂ ਤੁਹਾਡੀ ਤਾਂ ਸਿਲੈਕਸ਼ਨ ਪੱਕੀ ਹੈ, ਪਰ ਜਦੋਂ ਸਰ ਫਾਈਨਲ ਰਿਜ਼ਲਟ ਆਇਆ ਉਹਨੇ ਮੈਨੂੰ ਥੋੜ੍ਹਾ ਡਿਸਅਪੁਆਇੰਟ ਕਰ ਦਿੱਤਾ ਕਿਉਂਕਿ ਮੈਂ 0.75 ਨੰਬਰ ਤੋਂ ਰਹੀ ਸੀ, ਸਾਡੇ 800 ਦਾ ਪੇਪਰ ਸੀ ਅਤੇ ਉਹਦੇ 'ਚ 548 ਮਾਰਕਸ ਮੇਰੇ ਆਏ ਸੀ। ਚਲੋ ਇੱਕ ਤਾਂ ਮੁਕਾਬਲੇਬਾਜ਼ੀ ਹੁੰਦੀ ਹੈ ਕਿ ਕੋਈ ਕੈਂਡੀਡੇਟ ਸਿਲੈਕਟ ਹੋ ਗਏ,
ਤੁਸੀਂ ਕਿਸੇ ਪੁਆਇੰਟ ਦੇ ਉੱਤੇ ਰਹਿ ਗਏ, ਹੈ ਨਾ, ਅਤੇ ਕਈ ਭਰਤੀਆਂ ਐਸੀਆਂ ਵੀ ਹੋਣਗੀਆਂ 50 ਤੋਂ 60 ਦੇ ਵਿੱਚੋਂ ਜਿਹੜੀਆਂ ਸਿਰੇ ਹੀ ਨਹੀਂ ਚੜੀਆਂ ਜਾਂ ਫਿਰ ਸਾਰੀਆਂ ਸਿਰੇ ਚੜੀਆਂ? ਨਹੀਂ 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 ਸਰ, ਹਜੇ ਕਾਫੀ ਭਰਤੀਆਂ ਹਜੇ ਪਈਆਂ, ਈਵਨ ਮੇਰਾ ਵੀ ਇੱਕ ਭਰਤੀ ਦਾ ਰਿਜ਼ਲਟ ਹਜੇ ਪਿਆ ਹੈ, ਪੰਜਾਬ ਸਿਵਿਲੀਅਨ ਸਟਾਫ ਸੋਰੀ ਇਹਨਾਂ ਨੇ ਇਨਵੈਸਟੀਗੇਸ਼ਨ 'ਚ ਸਾਡੀ ਕੋਂਸਟੇਬਲ ਦਾ ਹੈ। ਇਹ 3 ਇਗਜ਼ਾਮ ਸਰ ਇਕੱਠੇ ਹੋਏ ਸੀ ਸਾਡੇ 14 ਅਕਤੂਬਰ, 15 ਅਕਤੂਬਰ ਅਤੇ 16 ਅਕਤੂਬਰ ਨੂੰ। 14 ਅਕਤੂਬਰ ਨੂੰ ਸਾਡਾ ਕੋਂਸਟੇਬਲ ਦਾ ਇਗਜ਼ਾਮ ਹੋਇਆ ਸੀ ਇਨਵੈਸਟੀਗੇਸ਼ਨ ਡਿਪਾਰਟਮੈਂਟ 'ਚ, 15 ਅਕਤੂਬਰ ਨੂੰ ਸਾਡਾ ਹੈੱਡ ਕੋਂਸਟੇਬਲ ਦਾ ਇਗਜ਼ਾਮ ਸੀ ਅਤੇ 16 ਅਕਤੂਬਰ ਨੂੰ 2022 ਦੀ 21 ਦੀ ਗੱਲ ਹੈ। ਅਤੇ ਸਰ ਉਦੋਂ ਸਾਡਾ ਹੋਇਆ ਸੀ SI ਦਾ, ਸਬ ਇੰਸਪੈਕਟਰ ਦਾ ਇਗਜ਼ਾਮ ਸੀ। ਤਾਂ ਫਿਰ ਉਹ ਜਿਹੜਾ 14 ਅਕਤੂਬਰ ਨੂੰ ਸਾਡਾ ਇਗਜ਼ਾਮ ਹੋਇਆ ਸੀ, ਹਜੇ ਉਹਦਾ ਰਿਜ਼ਲਟ ਪੈਂਡਿੰਗ ਪਿਆ ਆ, ਮਤਲਬ ਹਜੇ ਸਾਨੂੰ, ਮੈਨੂੰ ਥੋੜ੍ਹੀ ਉਮੀਦ ਹੈ ਕਿਉਂਕਿ ਮੈਂ ਉਹਦਾ ਵੀ ਫਿਜ਼ੀਕਲ ਕਲੀਅਰ ਕਰ ਚੁੱਕੀ ਹਾਂ, ਹਜੇ ਥੋੜ੍ਹੀ ਉਮੀਦ ਮੇਰੀ ਉਸ ਪਾਸੇ ਵੀ ਹੈ ਕਿ ਸ਼ਾਇਦ ਮੇਰਾ ਨੰਬਰ ਉੱਥੇ ਪੈ ਜਾਵੇ। ਇੱਕ ਗੱਲ ਹੋਰ ਦੱਸੋ ਕਿ ਜਿਵੇਂ ਤੁਹਾਡਾ ਤਾਂ ਮੁੱਖ ਮੰਤਰੀ ਦੇ ਨਾਲ ਸਿੱਧਾ ਰੂਬਰੂ ਹੋ ਗਿਆ, ਕਈ ਲੋਕ ਇਹ ਕਹਿੰਦੇ ਰਹਿੰਦੇ ਆ ਕਿ ਇੰਨਾ ਤਾਮਝਾਮ ਨਾਲ ਚੱਲਦਾ, ਸਿਕਿਉਰਿਟੀ ਬਹੁਤ ਜ਼ਿਆਦਾ ਹੈ, ਪਹਿਲਾਂ ਕਦੇ ਮੁੱਖ ਮੰਤਰੀ ਤੱਕ ਦੇ ਨਾਲ ਜਾਂ ਮੰਤਰੀ ਤੱਕ ਦੇ ਨਾਲ ਤੁਹਾਡਾ ਇੱਦਾਂ ਸਿੱਧਾ ਵਾਹ ਪਿਆ ਸੀ? ਸਰ ਮੈਂ ਜਿਵੇਂ ਡਾਇਰੈਕਟਲੀ ਤੁਹਾਨੂੰ ਕਹਾਂ, ਆਪਾਂ ਅਜਿਹੇ ਲੋਕ ਹਾਂ ਜਿਹੜੇ ਘਰਾਂ 'ਚੋਂ ਬੜੇ ਔਖੇ ਹੀ ਨਿਕਲਦੇ ਹਾਂ। ਮੈਂ ਕਦੇ ਅੱਜ ਤੱਕ ਆਪਣੇ ਇਲਾਕੇ ਦੇ ਅਸੀਂ ਕਦੇ MLA ਸਾਹਿਬ ਨੂੰ ਨਹੀਂ ਮਿਲੇ, ਅਸੀਂ ਉਹਨਾਂ ਨੂੰ ਵੀ ਸਟੇਜਾਂ 'ਤੇ ਬਸ ਸਪੀਚ ਦਿੰਦੇ ਦੇਖਿਆ। ਆਹ ਇੱਕ ਪਹਿਲੀ ਵਾਰ ਹੋਇਆ, ਵੈਸੇ ਇੱਕ ਸਾਨੂੰ ਬਹੁਤ ਪੋਜ਼ੀਟਿਵ ਚੀਜ਼ ਲੱਗੀ ਹੈ ਆਪ ਸਰਕਾਰ ਦੇ ਰਾਜ 'ਚ ਕਿ ਇੱਕ ਆਮ, ਮਤਲਬ ਆਮ ਲੋਕਾਂ ਨੂੰ ਸਾਡੇ CM ਸਾਹਿਬ ਜਿਨ੍ਹਾਂ ਦੀ ਅੰਡਰ ਇੰਨੀ ਸਿਕਿਉਰਿਟੀ ਦੇ ਜਿਹੜੇ ਅੰਡਰ ਹੁੰਦੇ ਨੇ, ਉਹ ਆਮ ਲੋਕਾਂ ਨੂੰ ਇਸ ਤਰ੍ਹਾਂ ਥੋਰਲੀ ਸਾਹਮਣੇ ਆ ਕੇ ਮਿਲ ਰਹੇ ਨੇ ਅਤੇ ਇੰਨੀ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਨੇ। ਉਹਨਾਂ ਦੀ ਸ਼ਖਸੀਅਤ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ, ਉਹਨਾਂ ਦੀ ਮਤਲਬ ਇੱਕ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ, ਜਿਵੇਂ ਉਹ ਸਾਡੇ ਕੋਲ ਰੁਕੇ, ਉਹਨਾਂ ਨੇ ਸਾਨੂੰ ਕਿਹਾ ਕਿ ਜਦੋਂ ਤੱਕ ਤੁਸੀਂ ਮੇਰੀ ਗੱਲ ਤੋਂ ਸੈਟਿਸਫਾਈ ਨਹੀਂ ਹੁੰਦੇ, ਜਦੋਂ ਤੱਕ ਤੁਹਾਨੂੰ ਪੂਰੀ ਸੰਤੁਸ਼ਟੀ ਨਹੀਂ ਮਿਲਦੀ, ਉਦੋਂ ਤੱਕ ਮੈਂ ਇੱਥੋਂ ਹਿੱਲਾਂਗਾ ਨਹੀਂ। ਇਹ ਮੈਂ ਤਾਂ ਪੁੱਛ ਰਿਹਾ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਹੁੰਦਾ, ਕਈ ਵਾਰੀ ਨਾ ਬਾਅਦ 'ਚ ਆਪਾਂ ਵੀਡੀਓ ਵੀ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ, ਬਾਹਾਂ ਤੋਂ ਫੜ ਕੇ ਪਤਾ ਹੀ ਨਹੀਂ ਲੱਗਦਾ ਬੰਦਾ ਕਿੱਧਰ ਭਜੇ ਦਿੰਦਾ। ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ, ਈਵਨ ਮੁੱਖ ਮੰਤਰੀ ਸਾਹਿਬ ਜੀ ਨੇ ਵੀ ਸਾਨੂੰ ਬੜੇ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ, ਜਿਵੇਂ ਕੋਈ ਆਪਣੇ ਬੱਚਿਆਂ ਨੂੰ ਜਿਵੇਂ ਟ੍ਰੀਟ ਕਰਦਾ। ਉਹਨਾਂ ਨੇ ਕੋਈ, ਮਤਲਬ ਉਹਨਾਂ 'ਚ ਕੋਈ ਇਹੋ ਜਿਹੀ ਉਹ ਨਹੀਂ ਸੀ, ਕਹਿੰਦੇ ਆ ਵੀ ਇੱਕ ਬੰਦਾ ਵੱਡੀ ਪੋਸਟ 'ਤੇ ਆ ਕੇ ਥੋੜ੍ਹੀ ਉਹ ਹੋ ਜਾਂਦੀ ਹੈ, ਪਰ ਨਹੀਂ, ਉਹ ਆਮ ਲੋਕਾਂ ਵਰਗੇ ਮੈਂ ਸਾਨੂੰ ਲੱਗੇ, ਆਪਣਿਆਂ ਵਰਗੇ ਲੱਗੇ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਹੁਤ ਸਾਰੀਆਂ ਕੁੜੀਆਂ ਬੇਉਮੀਦੀਆਂ ਕਈ ਵਾਰੀ ਬਹਿ ਜਾਂਦੀਆਂ ਕਿ ਹੁਣ ਤਾਂ ਘਰ ਦੇ ਕੰਮ ਹੀ ਚੌਂਕਾ ਚੁੱਲ੍ਹਾ ਹੀ ਸਾਂਭਣਾ ਪੈਣਾ ਪਰ ਨੌਕਰੀਆਂ ਵਾਲੇ ਪਾਸੇ ਨਹੀਂ, ਜਦੋਂ ਇਸ ਤਰ੍ਹਾਂ ਦੇ ਮੌਕੇ ਮਿਲਣ, ਤੁਹਾਨੂੰ ਲੱਗਦਾ ਕਿ ਬਦਲ ਸਕਦੀ ਹੈ ਜਿਹੜੀ ਕੁੜੀਆਂ ਦੀ, ਔਰਤਾਂ ਦੀ ਜਿਹੜੀ ਤਕਦੀਰ ਆ? ਸਰ ਬਿਲਕੁਲ ਬਦਲ ਸਕਦੀ ਆ, ਕਦੇ ਵੀ ਬੰਦੇ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਮੈਂ ਖੁਦ ਵੀ, ਮੈਨੂੰ 10 ਸਾਲ ਹੋ ਗਏ ਕੰਪੀਟੀਟਿਵ ਐਗਜ਼ਾਮ ਨੂੰ ਦਿੰਦੀ ਨੂੰ, ਬਹੁਤ ਸਾਰੇ ਫੇਸ ਕਰੇ, ਕਦੇ ਕੁਝ ਨੰਬਰਾਂ ਰਹਿ ਗਈ, ਕਦੇ ਕਹਿ ਲਓ ਵੀ ਬਸ ਐਗਜ਼ਾਮ ਦੇ ਰਹੀ ਹਾਂ ਪਰ ਅਜੇ ਤੱਕ ਸਿਲੈਕਸ਼ਨ ਕਿਤੇ ਵੀ ਨਹੀਂ ਹੋਈ ਹੈਗੀ। ਹੁਣ ਵੀ ਇਸ ਇਮਤਿਹਾਨ ਵਿੱਚ ਵੀ ਮੈਂ ਸਰ ਉਹਨਾਂ ਨੂੰ ਕਿਹਾ ਬੋਲਿਆ ਸੀਗਾ ਕਿ ਵੀ ਮੈਂ ਸਰ ਅਸੀਂ ਨੌਕਰੀ ਲਈ ਹੁਣ ਵੀ ਬੇਰੁਜ਼ਗਾਰ, ਸਾਡੀ ਓਵਰ ਏਜ ਹੋ ਗਈ, ਹੁਣ ਵੀ ਅਸੀਂ ਉਮੀਦ ਕਰਦੇ ਵੀ ਸ਼ਾਇਦ ਇਸ ਫਾਇਰਮੈਨ ਦੀ ਭਰਤੀ ਵਿੱਚ ਸਾਡੀ ਸਿਲੈਕਸ਼ਨ ਹੋ ਜਾਵੇ। ਅਸੀਂ ਆਪਣੀ ਹਿੰਮਤ ਨਹੀਂ ਛੱਡੀ ਹੈਗੀ। ਮੈਂ ਤਾਂ ਹੋਰ ਕੁੜੀਆਂ ਨੂੰ ਵੀ ਕਹਾਂਗੀ ਵੀ ਤੁਸੀਂ ਪੜ੍ਹੀਆਂ ਲਿਖੀਆਂ ਤਾਂ ਆਪਣੇ ਲਈ ਲੜੋ, ਆਪਣੇ ਹੱਕ ਲਈ ਲੜੋ ਅਤੇ ਆਪਣੀ ਪੜ੍ਹਾਈ ਨੂੰ ਪੂਰਾ ਯੂਟੀਲਾਈਜ਼ ਕਰੋ, ਪੇਪਰ ਦਿਓ, ਕੰਪੀਟੀਸ਼ਨ ਐਗਜ਼ਾਮ ਫੇਸ ਕਰੋ ਅਤੇ ਆਪਣੇ ਲਈ ਨੌਕਰੀਆਂ ਲੱਭੋ। ਤੁਸੀਂ ਜਿਵੇਂ ਆਪਣੇ ਹੱਕ ਦੇ ਲਈ ਬੋਲੇ ਹੋ, ਥੋੜ੍ਹੀ ਜਿਹੀ ਅੱਗੇ ਉਮੀਦ ਵੀ ਵੱਜੀ ਹੈ। ਕਈ ਵਾਰੀ ਇਹ ਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਕਾਫੀ ਸਾਲਾਂ ਤੋਂ ਐਗਜ਼ਾਮ ਦੇ ਰਹੇ ਹੈ, ਕਈ ਮੁੰਡੇ ਕੁੜੀਆਂ ਨੂੰ ਨਾ ਤਾਨੇ ਮਿਹਣੇ ਬੜੇ ਸੁਣਨੇ ਪੈਂਦੇ ਆ ਰਿਸ਼ਤੇਦਾਰਾਂ ਦੇ, ਇਸ ਫੇਸ 'ਚੋਂ ਤਾਂ ਨਹੀਂ ਲੰਘਣਾ ਪਿਆ? ਹਾਂਜੀ ਸਰ, ਇਹ ਸਭ ਨਾਲ ਹੀ ਹੁੰਦਾ ਹੈ, ਪਰ ਇਸ ਚੀਜ਼ ਨੂੰ ਵੀ ਆਪਾਂ ਪੋਜ਼ਿਟਿਵ ਹੀ ਲੈਣਾ ਚਾਹੀਦਾ ਹੈ। ਜੇ ਆਪਾਂ ਨੂੰ ਕਹਿੰਦੇ ਤਾਂ ਅਸੀਂ ਉਹਨਾਂ ਨੂੰ ਕਰਕੇ ਦਿਖਾਵਾਂਗੇ, ਇੱਕ ਨਾ ਇੱਕ ਦਿਨ ਨੌਕਰੀ ਲੈ ਕੇ ਹੀ ਦਿਖਾਵਾਂਗੇ ਅਤੇ ਉਹਨਾਂ ਦੇ ਮੂੰਹ 'ਤੇ ਆਪ ਉਹਨਾਂ ਨੂੰ ਜਵਾਬ ਮਿਲ ਜਾਏਗਾ, ਸਾਨੂੰ ਬੋਲਣ ਦੀ ਲੋੜ ਨਹੀਂ ਹੈਗੀ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਨੌਕਰੀਆਂ ਦੇ ਲਈ ਜੱਦੋਜਹਿਦ ਕਰ ਰਹੇ ਆ, ਚਾਹੇ ਮੁੰਡੇ ਆ ਚਾਹੇ ਕੁੜੀਆਂ? ਸਰ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਨੂੰ ਹੁਣ ਥੋੜ੍ਹਾ, ਮੈਨੂੰ ਲੱਗ ਰਿਹਾ ਕਿ ਟ੍ਰਾਂਸਪੇਰੈਂਟ ਹੋ ਰਿਹਾ ਸਾਰਾ ਕੰਮ ਅਤੇ ਬੱਚਿਆਂ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ। ਜਿਵੇਂ ਉੱਥੇ ਵੀ CM ਸਾਹਿਬ ਸਾਨੂੰ ਦਿਲਾਸਾ ਦੇ ਕੇ ਗਏ ਵੀ ਤੁਸੀਂ ਫਾਰਮ ਭਰਦੇ ਰਹੋ, ਕੋਈ ਨਾ ਕੋਈ ਨੌਕਰੀ ਤੁਹਾਨੂੰ ਜ਼ਰੂਰ ਮਿਲੂਗੀ। ਸਾਨੂੰ ਇਸ ਗੱਲ ਦਾ ਵੀ ਹੈ ਕਿ ਹਾਂ ਉਹਨਾਂ ਦੇ ਰਾਹ 'ਚ
ਉਹਨਾਂ ਦੀ ਗੱਲ ਨੂੰ ਮੈਂ ਮੁੱਖ ਰੱਖ ਕੇ ਕਹਿ ਰਹੀ ਹਾਂ ਕਿ ਉਹਨਾਂ ਨੇ ਵੀ ਸਾਨੂੰ ਪੋਜ਼ਿਟਿਵਿਟੀ ਪੋਜ਼ਿਟਿਵ ਪੁਆਇੰਟ ਦਿੱਤਾ ਕਿ ਤੁਸੀਂ ਫੋਰਮ ਭਰਦੇ ਰਹੋ, ਮਤਲਬ ਕੰਫਰਟ ਰਹੋ, ਤੁਸੀਂ ਕੰਫਰਟ ਜ਼ੋਨ 'ਚ ਰਹੋ, ਕਦੇ ਨਾ ਕਦੇ ਤੁਹਾਨੂੰ ਨੌਕਰੀ ਜ਼ਰੂਰ ਮਿਲੂਗੀ। ਅਤੇ ਹੁਣ ਫਾਇਰ ਫਾਈਟਰ ਦੀ ਜੇਕਰ ਗੱਲ ਕਰੀਏ, ਹੁਣ ਤੁਸੀਂ ਬਸ ਇੱਕ ਹਫ਼ਤੇ ਲਈ ਉਡੀਕੋਂਗੇ, ਜੇ ਇੱਕ ਹਫ਼ਤੇ ਦੇ ਵਿੱਚ ਅਮਲੀ ਰੂਪ 'ਚ ਵੀ ਜਿਵੇਂ ਉਹ ਕਹਿ ਕੇ ਗਏ ਆ ਜਿਵੇਂ ਹੋ ਜਾਂਦਾ ਤਾਂ ਠੀਕ, ਜੇ ਨਹੀਂ ਹੁੰਦਾ ਫਿਰ ਤੁਹਾਡੇ ਕੋਲ ਕੋਈ ਰਸਤਾ ਕੋਈ ਸੋਚਿਆ ਕੀ ਕਰਨਾ? ਸਰ ਪਹਿਲਾਂ ਗੱਲਾਂ ਬੱਚੇ ਮਤਲਬ ਜਿਸ ਤਰ੍ਹਾਂ ਹੋਰ ਟੀਚਿੰਗ ਸੈਕਟਰ ਦੇ ਰਿਲੇਟਿਡ ਲਾ ਲਓ, ਧਰਨਿਆਂ 'ਤੇ ਬਹਿੰਦੇ ਨੇ, ਮਿਲਣ ਲਈ CM ਨੂੰ ਸਾਹਿਬ ਨੂੰ, ਉਹਨਾਂ ਤੋਂ ਨੀਚੇ ਜਿਹੜੇ ਮਤਲਬ ਅਧਿਕਾਰੀ ਸੰਬੰਧਿਤ ਅਧਿਕਾਰੀ ਹੁੰਦੇ ਨੇ, ਸਿੱਖਿਆ ਮੰਤਰੀ ਲਾ ਲਓ, ਉਹਨਾਂ ਨੂੰ ਮਿਲਣ ਲਈ ਤਰਸਦੇ ਨੇ। ਪਰ ਸਾਡੀ ਗੱਲ ਚਲੋ ਸਿੱਧੀ ਡਾਇਰੈਕਟ CM ਸਾਹਿਬ ਨਾਲ ਹੋਈ ਹੈ, ਅਤੇ ਸਾਨੂੰ ਤਾਂ ਪੂਰੀ ਉਮੀਦ ਹੈ ਜੇਕਰ ਉਹ ਪੂਰੀ ਪਬਲਿਕ 'ਚ ਸਟੇਜ 'ਤੇ ਇਹ ਗੱਲ ਬਾਰ ਬਾਰ ਦੋ ਉਹਨਾਂ ਨੇ ਤਿੰਨ ਵਾਰੀ ਇਹ ਸਟੇਜ 'ਤੇ ਇਹ ਗੱਲ ਕਹੀ, ਤਾਂ ਸਾਨੂੰ ਪੂਰੀ ਉਮੀਦ ਹੈ ਕਿ ਵਿਦ ਇਨ 1 ਵੀਕ ਉਹ ਇਸਦਾ ਕੋਈ ਨਾ ਕੋਈ ਸੋਲਿਊਸ਼ਨ ਕੱਢੂਗੇ, ਅਤੇ ਸਾਨੂੰ ਅੱਗੇ ਸ਼ਾਇਦ ਸੋਚਣ ਦੀ ਲੋੜ ਨਾ ਪਵੇ। ਤੁਹਾਨੂੰ ਦੇਖਣ ਵਾਲੇ ਕਈ ਜਿਵੇਂ ਧਰਨੇ ਵਾਲੇ ਦੀ ਤੁਸੀਂ ਗੱਲ ਕੀਤੀ, ਉਹ ਵੀ ਖੁਸ਼ਕਿਸਮਤ ਸਮਝਦੇ ਹੋਣੇ ਆ ਤੁਹਾਨੂੰ ਕਿ ਤੁਹਾਡੀ ਤੇ ਗੱਲ ਹੋ ਗਈ। ਸਾਨੂੰ ਤੇ ਕਈ ਕਹਿੰਦੇ ਲਾਂਭੇ ਬੜੇ ਦਿੰਦੇ ਆ ਮੀਡੀਆ ਸਾਹਮਣੇ ਆਇਆ ਕਿ ਵੀ ਸਾਨੂੰ ਤੇ ਮੀਟਿੰਗ ਲਈ ਸਮਾਂ ਨਹੀਂ ਮਿਲਦਾ। ਹਾਂਜੀ ਹਾਂਜੀ ਸਰ, ਇਹ ਕਈ ਵਾਰ ਮੈਂ ਵੀ ਧਰਨਿਆਂ ਤੇ ਬੈਠੀ ਹਾਂ, ਮੈਂ ਇਹ ਗੱਲ ਫੇਸ ਕੀਤੀ ਆ ਟੀਚਿੰਗ ਦੇ ਸੰਬੰਧਿਤ। ਮੈਂ ਐਕਚੁਅਲੀ ਮੇਰਾ ਟੀਚਿੰਗ ਸੈਕਟਰ ਹੈ ਅਤੇ ਟੀਚਿੰਗ ਨਾਲ ਸੰਬੰਧਿਤ ਜੋਬ ਤੋਂ ਇੱਕ ਦੋ ਵਾਰੀ ਮੈਂ ਵੀ ਧਰਨੇ ਤੇ ਗਈ ਹਾਂ। ਧਰਨੇ ਤੇ ਬੈਠਣਾ ਸਰ ਆਸਾਨ ਨਹੀਂ ਹੈਗਾ, ਮੈਂ ਉਹਨਾਂ ਨੂੰ ਵੀ ਮਤਲਬ ਤਹਿ ਦਿਲੋਂ ਉਹਨਾਂ 'ਤੇ ਮਾਣ ਕਰਦੀ ਹਾਂ। ਉਹ ਵਿਚਾਰੇ ਉੱਥੇ ਬੈਠੇ ਨੇ, ਇੱਕ ਉਮੀਦ ਲੈ ਕੇ ਬੈਠੇ ਨੇ, ਧੰਨ ਨੇ ਉਹ ਉੱਥੇ ਬੈਠੇ ਨੇ। ਪਹਿਲੀ ਗੱਲ ਤਾਂ ਘਰੋਂ ਨਿਕਲਣਾ ਬੜਾ ਔਖਾ ਹੈ, ਦੂਜੀ ਗੱਲ ਉਹ ਆਪਣੇ ਬੱਚਿਆਂ ਨੂੰ ਘਰੇ ਛੱਡ ਕੇ, ਕੁਛ ਤਾਂ ਅਜਿਹੇ ਬੈਠੇ ਹੁੰਦੇ ਆ ਧਰਨੇ 'ਤੇ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਹੁੰਦੇ ਨੇ, ਇਸੇ ਉਮੀਦ ਨਾਲ ਕਿ ਸ਼ਾਇਦ ਉਹਨਾਂ ਦੀ ਕਿਸੇ ਨਾਲ ਗੱਲਬਾਤ ਹੋ ਜਾਏ। ਚਲੋ ਸਾਡੀ ਰੱਬ ਨੇ ਜਲਦੀ ਸੁਣ ਲਈ, ਐਂ ਕਹਿ ਦਿਓ ਜਾਂ ਸਾਡੀ ਕਿਸਮਤ ਥੋੜ੍ਹੀ ਚੰਗੀ ਸੀ ਕਿ CM ਸਾਹਿਬ ਨੇ ਸਾਡੀ ਗੱਲ ਨੂੰ ਸੁਣਿਆ। ਸਭ ਤੋਂ ਵਧੀਆ ਗੱਲ CM ਸਾਹਿਬ ਜੀ ਦੀ ਹੈ ਕਿ ਉਹ ਰੁਕੇ ਸਾਡੇ ਲਈ। ਜੇਕਰ ਉਹ ਨਾ ਰੁਕਦੇ ਤਾਂ ਸ਼ਾਇਦ ਸਾਡੀ ਗੱਲ ਵੀ ਲੋਕਾਂ ਸਾਹਮਣੇ ਨਾ ਆਉਂਦੀ, ਉਹਨਾਂ ਸਾਹਮਣੇ ਨਾ ਆਉਂਦੀ, ਅਤੇ ਸ਼ਾਇਦ ਉਹ ਵੀ ਔਨ ਦਾ ਸਪੋਰਟ ਕੋਈ ਡਿਸੀਜ਼ਨ ਨਾ ਲੈ ਪਾਉਂਦੇ। ਬਹੁਤ ਸ਼ੁਕਰੀਆ ਜੀ। ਤਾਂ ਇਹ ਉਹ ਕੈਂਡੀਡੇਟਸ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਸਿਲੈਕਸ਼ਨ ਤਾਂ ਹੋ ਜਾਂਦੀ ਹੈ, ਰਿਟਨ ਟੈਸਟ ਪਾਸ ਹੋ ਜਾਂਦਾ ਹੈ, ਪੰਜਾਬੀ ਦਾ ਪੇਪਰ ਬੜੇ ਚੰਗੇ ਨੰਬਰਾਂ ਦੇ ਨਾਲ ਪਾਸ ਹੋ ਜਾਂਦਾ ਹੈ, ਪਰ ਜਦੋਂ ਫਿਜ਼ੀਕਲ ਟੈਸਟ ਦੀ ਵਾਰੀ ਆਉਂਦੀ ਹੈ ਤਾਂ ਫੀਮੇਲ ਕੈਂਡੀਡੇਟਸ ਦੇ ਲਈ ਵੀ, ਜਿਹੜੇ ਫਾਇਰ ਫਾਈਟਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਮੁੰਡੇ ਕੁੜੀਆਂ, ਉਹਨਾਂ ਦੀ ਸਿਲੈਕਸ਼ਨ ਹੋਣੀ ਸੀ, 1300 ਤੋਂ ਵੱਧ ਪੋਸਟਾਂ ਸੀ, 600 ਦੇ ਕਰੀਬ ਕੁੜੀਆਂ ਲਈ ਰਾਖਵੀਆਂ ਸੀ ਫੀਮੇਲ ਕੈਂਡੀਡੇਟ ਲਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪ੍ਰੋਵੀਜ਼ਨਲ ਲਿਸਟ ਆਉਂਦੀ ਹੈ ਤਾਂ ਉਸ ਦੇ ਵਿੱਚ ਇਕੱਲੇ ਮੇਲ ਲਿਸਟ ਆ ਜਿਹੜੀ, ਉਹ ਨਾਮ ਨਜ਼ਰ ਆਉਂਦੇ ਨੇ, ਫੀਮੇਲ ਇੱਕ ਵੀ ਨਾਮ ਨਹੀਂ ਹੁੰਦਾ। ਉਸ ਦੀ ਵਜ੍ਹਾ ਸਿੱਧੀ ਸਿੱਧੀ ਇੱਕੋ ਸੀ ਕਿ 60 ਕਿਲੋਗ੍ਰਾਮ ਜਿਹੜਾ ਵਜ਼ਨ ਚੱਕਣਾ ਸੀ ਅਤੇ ਉਸਨੂੰ ਕੁਝ ਦੂਰੀ ਤੱਕ ਲੈ ਕੇ ਜਾਣਾ ਸੀ, ਉਸ ਦੇ ਵਿੱਚੋਂ ਕੋਈ ਵੀ ਪਾਸ ਕੁੜੀ ਨਹੀਂ ਹੋ ਸਕੀ। ਇਸ ਕਰਕੇ ਸਰ ਨਿਯਮ ਦੀ ਤਬਦੀਲੀ ਹੋਣੀ ਚਾਹੀਦੀ ਹੈ, ਰੂਲ ਬਦਲਣਾ ਚਾਹੀਦਾ, ਅਤੇ ਮੁੱਖ ਮੰਤਰੀ ਨਾਲ ਜਦੋਂ ਸਿੱਧਾ ਵਾਹ ਪੈਂਦਾ ਇਹਨਾਂ ਦੋ ਕੈਂਡੀਡੇਟਸ ਦਾ, ਤਾਂ ਇਹਨਾਂ ਨੇ ਆਪਣੀ ਉਹ ਗੱਲ ਰੱਖੀ ਅਤੇ ਇਹਨਾਂ ਨੂੰ ਹੁਣ ਉਮੀਦ ਬੱਝੀ ਹੈ ਕਿ ਇੱਕ ਹਫ਼ਤੇ ਦਾ ਸਮਾਂ ਸਰਕਾਰ ਨੇ ਦਿੱਤਾ ਹੈ, ਹੁਣ ਦੇਖਦੇ ਹਾਂ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਸਰਕਾਰ ਇਹਨਾਂ ਦੀ ਸਮੱਸਿਆ ਹੱਲ ਕਰਦੀ ਹੈ ਕਿ ਨਹੀਂ ਕਰਦੀ। ਦੂਸਰੇ ਰਾਹ ਕੀ ਹੁੰਦੇ ਨੇ ਤੁਸੀਂ ਸਾਰੇ ਜਾਣਦੇ ਹੋ, ਫਿਰ ਸੰਘਰਸ਼ ਕਰਨਾ ਪੈਂਦਾ, ਫਿਰ ਕਈ ਕਈ ਸਾਲ ਉਡੀਕਣਾ ਪੈਂਦਾ, ਪਰ ਇਹਨਾਂ ਨੂੰ ਉਮੀਦ ਹੈ ਅੱਜ ਦੀ ਘੜੀ ਦੇ ਵਿੱਚ ਇਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖੀ ਜਾ ਸਕਦੀ ਹੈ ਕਿ ਮੁੱਖ ਮੰਤਰੀ ਜੇਕਰ ਉਹਨਾਂ ਨੂੰ ਮਿਲੇ ਨੇ ਤਾਂ ਹੁਣ ਇਹਨਾਂ ਦੀ ਨੌਕਰੀ ਦੇ ਵਿੱਚ ਨਾਮ ਸ਼ਾਇਦ ਪੱਕਾ ਪੈ ਸਕਦਾ ਹੈ। ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ, ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਡੇਰਾ ਬਸੀ।